ਅਸਲਾਮੁ ਅਲੈਕੁਮ, ਮੈਂ ਤੁਹਾਡਾ ਭਰਾ ਮੁਹੰਮਦ ਨਵਾਜ਼ਤ ਫਜੇ ਖੋ ਨਵਾਂ ਵਲੌਗ ਕਰ ਰਿਹਾ। ਕਿਹੜਾ ਮੇਰਾ ਅੱਜ ਦਾ ਵਲੌਗ ਆ, ਤੁਹਾਨੂੰ ਮੈਂ ਦਿਖਾਉਂਦਾ ਕਿ ਮਾਸ਼ਾਅੱਲਾ ਅਸੀਂ ਕਬੂਤਰ ਵੀ ਪਰਚੇਜ ਕਰ ਲਏ ਆ। ਅਸੀਂ ਕਿਹੜੇ ਕਬੂਤਰ ਪਰਚੇਜ ਕੀਤੇ, ਮਾਸ਼ਾਅੱਲਾ ਫੈਂਸੀ ਆ ਜੀ। ਦੋ ਸੈੱਟ ਕਿਹੜੇ ਆ, ਬਲੈਕ ਟੇਲ ਦੇ ਆ, ਇੱਕ ਫੀਮੇਲ ਤੇ ਮੇਲ। ਤੇ ਮਾਸ਼ਾਅੱਲਾ ਨਾਲ ਇਹਦੇ ਸਾਡੇ ਕੋਲ ਆ ਜੀ ਵਾਈਟ ਲੱਕੇ ਆ ਜੀ। ਇਹ ਵਾਈਟ ਲੱਕੇ ਮਾਸ਼ਾਅੱਲਾ ਸਾਡੇ ਕੋਲ ਵੀ ਦੋ ਜੋੜੇ ਆ, ਔਰ ਬਲੈਕ ਟੇਲ ਦੀ ਸਾਡੇ ਕੋਲ ਦੋ ਜੋੜੇ ਆ, ਔਰ ਮਾਸ਼ਾਅੱਲਾ ਕਿਹੜੀ ਇੱਕ ਵਾਈਟ ਆ, ਉਹਨੇ ਆਂਡੇ ਦੇ ਦਿੱਤੇ ਆ। ਬਲੈਕ ਟੇਲ ਨੇ ਵੀ ਆਂਡੇ ਦਿੱਤੇ ਸੀ, ਲੇਕਿਨ ਉਹ ਆਂਡੇ ਟੁੱਟ ਗਏ ਸੀ। ਦੱਸੇ ਸੀ ਇਹਨਾਂ ਨੂੰ ਚੇਂਜ ਕਰਦੇ ਹੋਇਆ, ਸੈਟਿੰਗ ਕਰਦੇ ਹੋਇਆ, ਤੇ ਮਾਸ਼ਾਅੱਲਾ ਲੇਕਿਨ ਫਿਰ ਦੇ ਦੇਣਗੇ ਇਹ ਆਂਡੇ। ਲੇਕਿਨ ਕਿਹੜੇ ਸਾਡੇ ਵਾਈਟ ਆ, ਉਹਨੇ ਮਾਸ਼ਾਅੱਲਾ ਆਂਡਿਆਂ ਦੇ ਬੈਠੇ ਹੋਈਏ, ਚੈੱਕ ਕਰੋ ਸਾਹਮਣੇ ਕਾਰਨਰ 'ਚ, ਅਤੇ ਉਹ ਆਂਡੇ ਦੇਣੇ ਇਨਸ਼ਾਅੱਲਾ। ਉਹਨੇ ਸ਼ੁਰੂ ਕੀਤੇ ਹੋਏ, ਇੱਕ ਦਿੱਤਾ ਹੋਇਆ ਵਾ, ਤੇ ਇੱਕ ਵੀ ਇਨਸ਼ਾਅੱਲਾ ਅੱਜ ਜਾਂ ਕੱਲ ਨੂੰ ਦੇ ਦੇਗੀ। ਬਾਕੀ ਮਾਸ਼ਾਅੱਲਾ ਸਾਡੇ ਤਿੱਤਰਾਂ ਦੇ ਕਿਹੜੇ ਮਾਸ਼ਾਅੱਲਾ ਪਿੰਜਰਾ ਬਹੁਤ ਚੰਗਾ ਸੀ ਸਾਡਾ। ਅਸੀਂ ਵੈਸੇ ਤੇ 8 ਖਰੀਦੇ ਸੀ, ਲੇਕਿਨ ਸਾਡੇ ਕੋਲ ਯਾਰ 2 ਕਿਹੜੇ ਮਰ ਗਏ ਆ, ਤੇ 6 ਰਹਿ ਗਏ ਆ। ਮਾਸ਼ਾਅੱਲਾ ਉਹ ਵੀ ਕਾਫੀ ਵੱਡੇ ਹੋਏ ਆ, ਚੈੱਕ ਕਰੋ, ਦੇਖੋ ਮਾਸ਼ਾਅੱਲਾ ਕਾਫੀ ਅੱਛੀ ਗਰੋਥ ਜਾ ਰਹੀ ਹੈ ਇਹਨਾਂ ਦੀ। ਲੇਕਿਨ ਨਾ ਯਾਰ ਅੱਜ ਤੁਹਾਨੂੰ ਦੱਸਣਾ ਮੈਂ, ਨਾਲੇ ਕਿ ਮੌਸਮ ਅੱਜ ਬਹੁਤ ਠੰਡਾ ਵਾ ਮਾਸ਼ਾਅੱਲਾ, ਅਜੇ ਧੁੱਪ ਨਹੀਂ ਨਿਕਲੀ, ਅੱਜ ਗਰਮੀ ਨਹੀਂ ਹੈ, ਤੇ ਮੇਰੇ ਖਿਆਲ ਨਾਲ ਇਹਨਾਂ ਨੂੰ ਸਰਦੀ ਲੱਗ ਰਹੀ। ਹਾਂਜੀ ਹਾਂਜੀ ਅਰਕਮ ਬਾਈ, ਹਾਂਜੀ ਹਾਂਜੀ, ਮੇਰੇ ਖਿਆਲ ਨਾਲ ਯਾਰ ਇੱਥੇ ਕੁੱਤਾ ਚੜ ਗਿਆ ਯਾਰ, ਓਹੋ ਕਾਫੀ ਨੁਕਸਾਨ ਹੋ ਗਿਆ। ਦੇਖੋ ਯਾਰ ਬਾਰਿਸ਼ ਦਾ ਮੌਸਮ ਹੋਇਆ ਯਾਰ, ਇੰਨੇ ਬੱਦਲ ਹੋਏ ਆ, ਤੇ ਇਹ ਤੇ ਬਾਰਿਸ਼ ਹੋ ਗਈ ਤੇ ਬੜਾ ਮਸਲਾ ਬਣਨਾ ਕਬੂਤਰਾਂ ਨੂੰ। ਯਾਰ ਹੁਣੇ ਸੈੱਟ ਕਰ ਲੈਨੇ, ਫਿਰ ਇਹੀ ਆ, ਮਿਸਤਰੀ ਨੂੰ ਜ਼ਰੂਰ ਬੁਲਾਣਾ, ਆਪ ਹੀ ਕਰ ਲੈਨੇ ਯਾਰ, ਇਹ ਤੇ ਕੰਮ ਵੱਧ ਗਿਆ ਯਾਰ, ਇਹ ਕਰਨਾ ਪੈਣਾ ਜੀ ਹੁਣ। ਨਹੀਂ ਤੇ ਜਿੰਨੇ ਬੱਦਲ ਹੋਏ ਤੇ ਬੜਾ ਮਸਲਾ ਬਣ ਜਾਣਾ, ਕਬੂਤਰ ਤਾਂ ਅੰਡਿਆਂ ਦੇ ਆਏ ਹੋਏ ਸਾਰੇ। ਓਹੋ ਬੱਚੇ ਜਿਹੜੇ, ਉਹ ਵੀ ਮਸਲਾ ਬਣੇਗਾ ਆਪਣੇ ਯਾਰ। ਤਿੱਤਰਾਂ ਬੱਚਿਆਂ ਨੂੰ ਤਾਂ ਅੱਗੇ ਸਰਦੀ ਲੱਗਦੀ ਹੈ ਕਾਫੀ, ਇਹ ਤਾਂ ਅੱਗੇ ਬਹੁਤ ਸਰਦੀ ਮਹਿਸੂਸ ਕਰਦੇ ਆ। ਦੇਖੋ ਨਾ ਅਜੇ ਬਾਰਿਸ਼ ਵੀ ਨਹੀਂ ਹੋਈ ਤੇ ਕਿੱਦਾਂ ਕੁੰਗੜੇ ਖੜੇ ਆ ਯਾਰ, ਚੈੱਕ ਕਰੋ। ਤੁਸੀਂ ਸੁਣਾਓ ਕਿਹੜਾ ਪਿੰਜਰੇ ਨੂੰ ਜਾਲੀ ਕਿੰਨੀ ਰਹਿ ਗਈ ਹੈ। ਅਰਕਮ ਭਾਈ ਜਾਲੀ ਲਾ ਰਹੇ ਆ ਯਾਰ, ਮੇਰੇ ਖਿਆਲ ਨਾਲ ਦੇਖੋ ਨਾ ਅਸੀਂ ਵੀ 2 ਪਿੰਜਰੇ ਤਿਆਰ ਕਰ ਰਹੇ ਹਾਂ, ਕਿਉਂਕਿ ਯਾਰ ਸਾਡਾ ਮੂਡ ਆ ਕਿ ਇੱਧਰ ਲਿਆ ਕੇ ਨਾ ਵਾਈਟ ਸ਼ਾਮੂ ਕਿਹੜਾ ਇੱਕ ਸੈੱਟ ਛੱਡੀਏ, ਤੇ ਇਹ 'ਚ ਨਾਲ ਫੈਂਸੀ ਚਕੋਰਾਂ। ਬਾਕੀ ਕਿਹੜੇ ਸਾਡੇ ਆਲਮੋਸਟ ਇੱਧਰਲੇ ਪਿੰਜਰੇ ਆ ਮਾਸ਼ਾਅੱਲਾ, ਉਹ ਮੁਕੰਮਲ ਆ, ਚਾਰ ਉਹਨਾਂ 4 ਸੈੱਟ ਲੱਗੇ ਹੋਏ ਸਾਡੀ ਫੈਂਸੀਆਂ ਮੁਰਗੀਆਂ ਦੇ, ਤੁਹਾਨੂੰ ਮੈਂ ਪਿਛਲੀ ਵੀਡੀਓ 'ਚ ਦੱਸ ਚੁੱਕਿਆ ਵਾਂ। ਲੇਕਿਨ ਅੱਜ ਅਰਕਮ ਭਾਈ ਨੂੰ ਜੁੰਮਾ ਸੀ, ਛੁੱਟੀ ਸੀ, ਤੇ ਕੰਮ ਕਰ ਰਹੇ ਆ। ਬਾਕੀ ਲੱਗ ਗਈ ਮਾਸ਼ਾਅੱਲਾ ਜਾਲੀ ਜੀ, ਹੁਣੇ ਕਰ ਦੇ ਛਾਪਰ ਪਾ ਕੇ ਕਰਦੇ ਆ ਜੀ ਹੁਣੇ। ਛੱਤ ਸਾਰੀ ਉੱਤੋਂ ਖਰਾਬ ਹੋ ਗਈ, ਇਹਦੇ ਕੁੱਤਾ ਮੈਨੂੰ ਲੱਗਦਾ ਤਸੱਲੀ ਨਾਲ ਚੜ ਕੇ ਉੱਪਰ ਲੱਗਾ ਰਿਹਾ ਵਾ। ਓਹੋ ਆਪਣੇ ਕਬੂਤਰਾਂ ਤੱਕ ਨੀ ਥੱਲੇ ਪਹੁੰਚ ਗਿਆ ਮੇਰੇ ਖਿਆਲ ਨਾਲ ਯਾਰ, ਇਸ ਚੱਕਰ 'ਚ ਗਿਆ ਹੋਣਾ, ਕਿਉਂਕਿ ਉਹਨੂੰ ਨਾ ਕਿਤੇ ਆਪਣੇ ਜਿਹੜੇ ਚੂਹੇ ਆਪਣੇ ਮਰੇ ਸੀ ਆਪਾਂ ਸੁੱਟੇ ਸੀ ਨਾ, ਉਹਨਾਂ ਨੂੰ ਕਿਤੇ ਉਹਦੀ ਸਮੈਲ ਆ ਰਹੀ ਹੋਣੀ ਆ। ਉਹ ਜਿਹੜੇ ਉੱਪਰ ਛੱਤ ਦੇ ਉੱਪਰ ਸੁੱਟੇ ਸੀ ਉਹਨਾਂ ਦੀ ਆਉਂਦੀ ਹੋਣੀ ਸਮੈਲ। ਬਿਲਕੁਲ ਬਿਲਕੁਲ ਇਦਾਂ ਹੀ ਹੋਈ। ਚਲੋ ਜੀ ਆਹ ਹੁਣ ਪਹਿਲੇ ਕੰਮ ਅਸੀਂ ਕਰ ਲਈਏ ਆਪਣਾ, ਤੇ ਆਹ ਛੱਤ ਦੀ ਕਰਕੇ ਤੇ ਤੁਹਾਨੂੰ ਇਨਸ਼ਾਅੱਲਾ ਫਿਰ ਨਾਲ ਲੱਗ ਰਹੇ ਅਸੀਂ ਦੱਸਦੇ ਹਾਂ ਫਿਰ। ਬਾਕੀ ਯਾਰ ਅਸੀਂ ਨਾ ਮਿੱਟੀ ਦੀ ਕਹਾਣੀ ਕਰ ਲਈ ਸੀ, ਤੇ ਮਿੱਟੀ ਦੀ ਕਹਾਣੀ ਕਰਕੇ ਨਾ ਅਸੀਂ ਇਹਦਾ ਗਾਰਾ ਬਣਾ ਕੇ ਤੇ ਛਾਪਰ ਅਸੀਂ ਉੱਪਰ ਵਿਛਾ ਕੇ ਨਾ ਇਹਦੇ ਫਿਰ ਦੁਬਾਰਾ ਡਬਲ ਛਾਪਰ ਕਰਕੇ ਤੇ ਅਸੀਂ ਇਹਦੇ ਉੱਪਰ ਹੁਣ ਮਿੱਟੀ ਲਗਾਉਣੀ ਸ਼ੁਰੂ ਕਰਤੀ ਆ, ਕਿਉਂਕਿ ਅੱਜ ਮੌਸਮ ਕਾਫੀ ਖਰਾਬ ਆ ਤੇ ਉਹਦੀ ਵਜ੍ਹਾ ਤੋਂ ਫਿਰ ਸਾਡੇ ਸ਼ੈੱਡ ਦੇ ਇਹਨਾਂ ਪਿੰਜਰਾਂ ਦੇ ਵਿੱਚ ਪਾਣੀ ਨਾ ਪੈ ਜੇ, ਤੇ ਇਸ ਤੋਂ ਅਸੀਂ ਕਿਹਾ ਵੀ ਹੁਣੇ ਅਸੀਂ ਮਿੱਟੀ ਲਗਾ ਲਈਏ, ਇਹ ਕੰਮ ਖਤਮ ਹੋਇਆ ਚੰਗਾ ਵਾ, ਤਾਂ ਕਿ ਬਾਅਦ 'ਚ ਸਾਡੇ ਪਰਿੰਦੇ ਨਾ ਕਿਤੇ ਗਿੱਲੇ ਨਾ ਹੋ ਜਾਣ, ਪਿੰਜਰੇ ਵੀ ਗਿੱਲੇ ਹੋਣਗੇ ਸਾਡੇ ਪਰਿੰਦੇ ਵੀ ਗਿੱਲੇ ਹੋ ਕੇ ਬਿਮਾਰ ਹੋਣਗੇ ਇਸ ਤੋਂ। ਲਓ ਜੀ ਇਹ ਨਵਾਜ਼ ਭਾਈ ਕੰਮ ਕਰ ਰਹੇ ਆ ਜੀ, ਆਪਣਾ ਲੇਹ ਲੱਗ ਗਿਆ ਜੀ ਇਹਦੇ ਉੱਪਰ ਛੱਤ ਦੇ ਉੱਪਰ ਸਾਰਾ। ਆ ਗੁਲਫਾਮ ਭਾਈ ਨੇ ਵੀ ਰਿਕੁਐਸਟ ਕਰਕੇ ਬੁਲਾਇਆ ਜੀ, ਘਰੋਂ ਅਸੀਂ ਆ ਜਾਓ, ਜ਼ਰਾ ਐਮਰਜੈਂਸੀ ਹੋ ਗਈ ਆ, ਸਾਡੇ ਖੁੱਡੇ ਦੀ ਛੱਤ ਲੀਕ ਹੋ ਗਈ ਜੀ, ਪੂਰਾ ਸਰਪ੍ਰਾਈਜ਼ ਮਿਲਿਆ ਸਾਨੂੰ ਗਾ। ਇਹ ਸ਼ੌਕ ਕਰਨੇ ਸੌਖੇ ਨਹੀਂ ਹੈਗੇ, ਪੂਰੇ ਭਾਰ ਨਾਲ ਬਿਲਕੁਲ ਨਵਾਂ ਡਬਲ ਛਾਪਰ ਹੋ ਗਿਆ ਜੀ ਹੁਣ ਖੁੱਡੇ ਦੀ ਛੱਤ ਦੇ ਉੱਪਰ, ਅਤੇ ਇਹ ਲੇਹ ਇੱਕ ਦਫ਼ਾ ਅਸੀਂ ਲਗਾ ਤਾ ਵਾ ਇਹਦੇ 'ਤੇ, ਹੁਣ ਅੱਗੇ ਅਸੀਂ ਇਹਦੇ 'ਤੇ ਖੁਸ਼ਕ ਮਿੱਟੀ ਜਿਹੜੀ ਸੀ ਉਹ ਡਾਲ ਕੇ ਲਗਾਈ ਸੀ, ਅਤੇ ਪਰ ਹੁਣ ਅਸੀਂ ਇਹ ਲੇਹ ਲਗਾਇਆ ਵਾ, ਇਸ ਤੋਂ ਬਾਅਦ ਹੁਣ ਇਹਦਾ ਇੱਕ ਹੋਰ ਲੇਹ ਲਗਾਵਾਂਗੇ। ਇੱਥੋਂ ਆਪਣੇ ਗਾਏ ਜਿਹੜੀ ਆ ਉਹਨਾਂ ਦਾ ਗੋਬਰ ਡਾਲ ਕੇ ਨਾ ਮਿਕਸ ਕਰਕੇ, ਜਿਹੜੇ ਦਿਹਾਤ ਦੇ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਵੀ ਪਤਾ ਹੈਗਾ, ਜਾਂ ਜਿਹੜੇ ਤੁਸੀਂ ਲੋਕ ਜਾਂਦੇ ਜੇ ਦਿਹਾਤਾਂ 'ਚ ਤੁਸੀਂ ਅਕਸਰ ਦੇਖਿਆ ਹੋਏਗਾ ਕਿ ਜਿਹੜੀ ਆ ਮਿੱਟੀ ਉਹ ਬੜੀ ਉੱਪਰੋਂ ਐਂ ਬੁਰਬਰੀ ਜਿਹੀ ਹੁੰਦੀ ਆ ਲੈਵਲ ਦੇ ਉੱਪਰ, ਅਤੇ ਅਸੀਂ ਅਜੇ ਇਹਨੂੰ ਫਿਲਹਾਲ ਆ ਗਿੱਲਾ ਕਰਕੇ ਲੇਹ ਲਗਾ ਤਾ ਵਾ ਮਿੱਟੀ ਜਿਹੜੀ ਗਿੱਲੀ, ਅਤੇ ਇਹ ਹੁਣ ਅਸੀਂ ਜਿਹੜਾ ਬਾਕੀ ਆਪਣੀ ਰਹਿੰਦੀ ਤਿਆਰੀ ਇਹ ਵੀ ਕਰਾਂਗੇ।
ਤੇ ਤੁਹਾਨੂੰ ਜਿਹੜੀ ਆ ਦੂਸਰਾ ਉਹ ਵੀ ਦਿਖਾਵਾਂਗੇ ਜੀ। ਤਾਂ ਸਾਨੂੰ ਸਰਪ੍ਰਾਈਜ਼ ਤਾਂ ਬੜਾ ਅੱਛਾ ਦਿੱਤਾ ਸਾਡੀ ਕੁੱਤੀ ਨੇ, ਸਾਨੂੰ ਜਿਹੜਾ ਐਮਰਜੈਂਸੀ ਜਿਹੜਾ ਵਾ ਕੁਇਕ ਰਿਸਪੋਂਸ ਕਰਨਾ ਪਿਆ ਹੈਗਾ, ਆਪਣੇ ਖੁੱਡੇ ਜਿਹੜੇ ਆ ਜੀ ਉਹ ਬਚਾ ਲਈਏ, ਕਿਉਂਕਿ ਇੰਨਾ ਜ਼ਿਆਦਾ ਖਰਚਾ ਕੀਤਾ ਹੋਇਆ ਇਹਨਾਂ ਦੇ ਉੱਪਰ। ਅਤੇ ਨਾਲ ਸਾਡੇ ਇਹਦੇ ਵਿੱਚ ਆਹ ਦੇਖੋ ਇੱਥੇ ਤਿੱਤਰ ਵੀ ਸੀਗੇ, ਅਤੇ ਨਾਲ ਹੀ ਸਾਡੇ ਅਗਲੀ ਸਾਈਡ 'ਤੇ ਉੱਥੇ ਜਿਹੜੇ ਆ ਬੱਚੇ ਆ ਕਬੂਤਰਾਂ ਨੇ ਵੀ ਅੰਡੇ ਦਿੱਤੇ ਹੋਏ ਆ। ਤਾਂ ਤੁਸੀਂ ਦੇਖ ਸਕਦੇ ਹਾਂ ਕਿ ਤਿੱਤਰ ਜਿਹੜੇ ਆ ਇਹ ਵੀ ਇਹਦੇ ਵਿੱਚ ਹੀ ਸੀਗੇ, ਇਹਨਾਂ ਦਾ ਵੀ ਪਿੰਜਰਾ ਇੱਥੇ ਆਲਰੇਡੀ ਤਿਆਰ ਆ। ਅਤੇ ਜਿਹੜੇ ਕਬੂਤਰ ਆ ਜੀ ਉਹ ਵੀ ਸਾਡੇ ਆ ਦੇਖੋ ਬੈਠ ਰਹੇ ਅੰਡਿਆਂ ਦੇ ਉੱਪਰ, ਅੰਡੇ ਦੇਣ ਲਈ ਬਿਲਕੁਲ ਰੈਡੀ ਨੇ। ਇੱਕ ਉਹ ਕਬੂਤਰੀ ਜਿਹੜੀ ਆ ਵਾਈਟ ਟੇਲ, ਆਹ ਦੇਖੋ ਆਹ ਵਾਈਟ ਟੇਲ ਆ, ਇਹ ਇੱਥੇ ਬਣਾ ਰਹੀ ਆ ਆਪਣਾ ਘੋਂਸਲਾ। ਆਹ ਸਾਡੇ ਇੱਧਰ ਇੱਕ ਬਲੈਕ ਟੇਲ ਆ, ਇਹ ਵੀ ਬਣਾ ਰਹੇ ਆ ਜੀ। ਚਲੋ ਜੀ ਮਿਲਦੇ ਹਾਂ ਜੀ ਤੁਹਾਨੂੰ ਅਗਲੇ ਵੀਲੌਗ ਦੇ ਨਾਲ।